मैं कहनी हां ए वीडियो नु इन्ना के शेयर करो इनु वायरल करो ताकि पता लगे आज कांग्रेस दे विचों ही उठी होई कांग्रेस दी एक्स सेक्रेटरी आज कांग्रेस दे मिनिस्टर दे अगेंस्ट बोल रही है क्योंकि असी ओ तू ए उम्मीद नहीं करदे असी ओनु ए सोच के चुन के ओनु मिनिस्टर नहीं बनाया सीगा ए गुस्सा कांग्रेस दी एक महिला वर्कर दा है अपने ही मंत्री साधु सिंह धर्मसोत दे खिलाफ क्योंकि मंत्री बनदिया ही उना दे रंग ढंग बदल गए ने इन्हे एडवोकेट सिमरनजीत कौर गिल जिन्हां दा दावा है कि ओ पंजाब कांग्रेस दे साबका सकत्तर रहे ने अते इन्हां ने पंजाब महिला कमीशन विच किसी अहुदे लई मंत्री साहब नाल गल करनी चाही ता अग्यो उना दा जवाब सुन के इस कदर निराश हो गए के पूरी लीडरशिप खिलाफ रज के पड़ास कट छड़ी। मैं इत्थे आई सी कांग्रेस भवन ते उत्थे मैं मिस्टर धर्मसोत नूं सुनिया अपने मिनिस्टर ने कैबिनेट मिनिस्टर ने पंजाब दे धर्मसोत बहुत सोहनियां गल्लां करके गए। मैं उन्हां नूं 2 मिंट लैके मिली। पंजाब वुमन कमीशन दे विच मैं इन्हां ने एप्लीकेशंस मंगियां सी ते मैं अप्लाई कीता सीगा ਉਹਦੇ ਸਾਰੀ ਪੋਸਟ ਲਈ ਚਾਹੁੰਦੀ ਤੇ ਉਹਨਾਂ ਨੇ ਮੈਨੂੰ ਆਨਸਰ ਪਤਾ ਕੀ ਦਿੱਤਾ ਕਹਿੰਦੇ ਰੱਬ ਤੇ ਭਰੋਸਾ ਰੱਖ ਟ੍ਰਾਈ ਟ੍ਰਾਈ ਅਗੇਨ ਕੀ ਆਪਾਂ ਇੱਕ ਕੈਬਨਿਟ ਮਿਨਿਸਟਰ ਤੋਂ ਇਹ ਚੀਜ਼ਾਂ ਦੀ ਉਮੀਦ ਕਰਦੇ ਆ ਜਦ ਉਹਨਾਂ ਨੇ ਕਾਂਗਰਸ ਦੇ ਵਿੱਚ ਹੀ ਬਹੁਤ ਵਧੀਆ ਕੰਮ ਕਰ ਰਹੀ ਇੰਨੀ ਕਾਂਗਰਸ ਦੀ ਖਾਤਰ ਡਾਂਗਾ ਖਾਧੀਆਂ ਜਿਹੜੀ ਕੁੜੀ ਨੇ ਉਸ ਕੁੜੀ ਨੂੰ ਉਹ ਇਹ ਗੱਲਾਂ ਬੋਲ ਸਕਦੇ ਤੇ ਆਮ ਬੰਦੇ ਦੀ ਉਹ ਕੀ ਸੁਣਵਾਈ ਕਰਨਗੇ ਮੈਂ ਤਾਂ ਸਾਰਿਆਂ ਨੂੰ ਕੰਟੈਕਟ ਕੀਤਾ ਕਿ ਮੈਂ ਮਹਾਰਾਣੀ ਪਰਨੀਤ ਕੌਰ ਨੂੰ ਮਿਲਣਾ ਆ ਪਤਾ ਨਹੀਂ ਸਾਰੇ ਜਣੇ ਇੰਨੇ ਬਿਜ਼ੀ ਆ ਇਲੈਕਸ਼ਨ ਤੋਂ ਪਹਿਲਾਂ ਤਾਂ ਸਾਨੂੰ ਕਾਫੀ ਤੇ ਵੀ ਬੁਲਾਇਆ ਜਾਂਦਾ ਸੀਗਾ ਸਾਨੂੰ ਕਿਹਾ ਜਾਂਦਾ ਸੀਗਾ ਸਟੂਡੈਂਟ ਤਾਂ ਕੱਟ ਕਰੋ ਅਸੀਂ ਕੱਟ ਕਰਕੇ ਵੀ ਲਿਆਉਂਦੇ ਸੀਗੇ ਤੇ ਵਰਕਰ ਨੇ ਜਿਹੜੇ ਕਾਂਗਰਸ ਪਾਰਟੀ ਲਈ ਬਿਨਾਂ ਗੱਲ ਤੋਂ ਕੰਮ ਕਰਦੇ ਰਿਹਾ ਉਹਨਾਂ ਨੂੰ ਇਹੋ ਜਿਹੇ ਜਵਾਬ ਦੇ ਸਕਦੇ ਆ ਤਾਂ ਫਿਰ ਅਸੀਂ ਇਹਨਾਂ ਤੋਂ ਉਮੀਦ ਕੀ ਕਰਦੇ ਆ ਫਿਰ ਅਸੀਂ ਬਾਕੀ ਲੋਕਾਂ ਲਈ ਇਹਨਾਂ ਤੋਂ ਕੀ ਉਮੀਦ ਕਰਦੇ ਆ ਜਿਹੜੇ ਇਹ ਪਾਵਰ ਦੇ ਨਸ਼ੇ ਦੇ ਵਿੱਚ ਏਡੇ ਹੋਏ ਫਿਰਦੇ ਆ ਤੇ ਅੱਗੋਂ ਬੋਲੀ ਜਾਂਦੇ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਹਾਂ ਬੇਟਾ ਦੱਸੋ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਜਦੋਂ ਮੈਂ ਸਾਰੀ ਗੱਲ ਦੱਸੀ ਮੈਨੂੰ ਕਹਿੰਦੇ ਕਿਸਮਤ ਤੇ ਯਕੀਨ ਰੱਖ ਜੇ ਅਸੀਂ ਕਿਸਮਤ ਤੇ ਯਕੀਨ ਕਰਨਾ ਇੱਥੇ ਮੱਥੇ ਤੇ ਕਰਕੇ ਇੱਥੇ ਇਹਦੇ ਤੇ ਯਕੀਨ ਕਰਨਾ ਫਿਰ ਅਸੀਂ ਤੁਹਾਡੀ ਕਾਹਦੇ ਸਪੋਰਟ ਕਰਦੇ ਆ ਦੱਸੋ ਕਾਹਦੇ ਲਈ ਅਸੀਂ ਕਾਂਗਰਸ ਦੀ ਸਪੋਰਟ ਕੀਤੀ ਫਿਰ ਅਸੀਂ ਵੈਸੇ ਹੀ ਕਿਸਮਤਵਾਦੀ ਹੋ ਜਾਂਦੇ ਆ ਕਿ ਆਪ ਹੀ ਆ ਜਾਊਗਾ ਸਾਨੂੰ ਕਿਸੇ ਦੀ ਵੀ ਸਪੋਰਟ ਦੀ ਲੋੜ ਨਹੀਂ ਇਹ ਗੱਲ ਇਹ ਆ ਕਿ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਾਡੇ ਕਰਕੇ ਇਹ ਲੋਕ ਜਿੱਤਦੇ ਆ ਸਾਡੇ ਕਰਕੇ ਇਹਨਾਂ ਕੋਲ ਪਾਵਰ ਆਉਂਦੀ ਆ ਉਹ ਸੇਵਾਦਾਰ ਨੇ ਪਬਲਿਕ ਦੇ ਉਹ ਸੇਵਾਦਾਰ ਬਣ ਕੇ ਰਹਿਣਾ ਸਾਡੇ ਲੀਡਰ ਨਹੀਂ ਗੇ ਸਾਡੇ ਗੁਰੂ ਨਹੀਂ ਗੇ ਉਧਰ ਆਪਣੀ ਹੀ ਪਾਰਟੀ ਕਾਰਕੁਨ ਦਾ ਗੁੱਸਾ ਵੇਖ ਕੇ ਮੰਤਰੀ ਸਾਹਿਬ ਵੀ ਹੈਰਾਨ ਹੋ ਗਏ ਅਤੇ ਕਹਿ ਦਿੱਤਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਜੋ ਮੈਂ ਉਸ ਦੀ ਗੱਲ ਸੁਣ ਲਈ ਚੰਗਾ ਹੁੰਦਾ ਜੇ ਮੈਂ ਹੋਰ ਮੰਤਰੀਆਂ ਵਾਂਗ ਲਾਰੇ ਹੀ ਲਾ ਦਿੰਦਾ ਮੈਂ ਸਿਰ ਤੇ ਹੱਥ ਰੱਖ ਕੇ ਉਹਨੂੰ ਕਿਹਾ ਸੀਗਾ ਬੇਟਾ ਵੀ ਤੁਸੀਂ ਕੰਮ ਕਰੋ ਫਿਰ ਟਰਾਈ ਕਰੋ ਫਿਰ ਕਿਤੇ ਨਾ ਕਿਤੇ ਐਡਜਸਟਮੈਂਟ ਹੋ ਜਾਏਗੀ ਤੇ ਹੁਣ ਮੇਰੇ ਕੋਲ ਐਸੀ ਕੋਈ ਤਾਕਤ ਹੈ ਨਹੀਂ ਕੋਈ ਮੈਂ ਕਿਸੇ ਨੂੰ ਲੈਟਰ ਦੇ ਸਕਾਂ ਅਪੁਆਇੰਟਮੈਂਟ ਲੈਟਰ ਦੇ ਸਕਾਂ ਉਸ ਧੀ ਨੂੰ ਬੇਨਤੀ ਇਹੀ ਕਰੂੰਗਾ ਕਿ ਮੇਰਾ ਇਹੀ ਹੈ ਕਿ ਮੈਂ ਤੇਰੀ ਗੱਲ ਕਿਉਂ ਸੁਣ ਲਈ ਬਾਕੀ ਮਿਨਿਸਟਰਾਂ ਵਾਂਗੂ ਮੈਂ ਵੀ ਕਹਾਂ ਨਾ ਕਿਸੇ ਦੀ ਸੁਣਾ ਜੇ ਮੈਂ ਕਹਿੰਦਾ ਕੱਲ੍ਹ ਨੂੰ ਆ ਜਾਓ ਤੁਹਾਨੂੰ ਬਣਾ ਦਾਂਗੇ ਫਿਰ ਅੱਛਾ ਹੁੰਦਾ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਤੇ ਸੂਬੇ ਦੀ ਜਨਤਾ ਲਗਾਤਾਰ ਅਣਦੇਖਿਆ ਕਰਨ ਦੇ ਇਲਜ਼ਾਮ ਲਾਉਂਦੀ ਆ ਰਹੀ ਹੈ ਤੇ ਮੁੱਖ ਮੰਤਰੀ ਤੇ ਵੀ ਇਲਜ਼ਾਮ ਲੱਗਦੇ ਨੇ ਕਿ ਉਹ ਆਪਣੀ ਹੀ ਪਾਰਟੀ ਦੇ ਪ੍ਰਧਾਨ ਨੂੰ ਨਹੀਂ ਮਿਲਦੇ ਅਜਿਹੇ ਵਿੱਚ ਇੱਕ ਮੰਤਰੀ ਵੱਲੋਂ ਆਪਣੀ ਹੀ ਪਾਰਟੀ ਦੇ ਕਾਰਕੁਨ ਨੂੰ ਲਾਰੇ ਲਾਉਣ ਦਾ ਇਲਜ਼ਾਮ ਲੋਕਾਂ ਨੂੰ ਕੋਈ ਬਹੁਤਾ ਹੈਰਾਨੀ ਵਿੱਚ ਨਹੀਂ ਪਾ ਰਿਹਾ ਚੰਡੀਗੜ੍ਹ ਤੋਂ ਦਲਜੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼